ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਐਥਨੋਲ ਦੇ ਨਾਲ ਭਰਿਆ ਹੋਇਆ ਟੈਂਕਰ ਨੈਸ਼ਨਲ ਹਾਈਵੇ ਤੇ ਹੀ ਪਲਟੀ ਹੋ ਗਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਦੇ ਵਿੱਚੋਂ ਐਥਨੋਲ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਲੀਕ ਹੋਣ ਲੱਗੀ ਅਤੇ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਮੌਕੇ ਤੇ ਬੁਲਾਇਆ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਦੇ ਵੱਲੋਂ ਜੋ ਐਥਨੋਲ ਲੀਕ ਹੋ ਰਹੀ ਹੈ ਉਸ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਮਾਮਲਾ ਇਹ ਬਰਨਾਲਾ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਇਆ ਜਿੱਥੇ ਕਿ ਬਰਨਾਲਾ ਤੋਂ ਕੇਰਲਾ ਵੱਲ ਜਾ ਰਿਹਾ ਐਥਨੋਲ ਦੇ ਨਾਲ ਭਰਿਆ ਹੋਇਆ ਟੈਂਕਰ ਨੈਸ਼ਨਲ ਹਾਈਵੇ ਤੇ ਬੇਕਾਬੂ ਹੋ ਕੇ ਸੜਕ ਤੇ ਹੀ ਪਲਟੀ ਹੋ ਜਾਂਦਾ ਤੇ ਇਸ ਦੇ ਵਿੱਚੋਂ ਐਥਨੋਲ ਲੀਕ ਹੋਣ ਲੱਗਦੀ ਹੈ। ਹਾਲਾਂਕਿ ਜਦੋਂ ਐਥਨੋਲ ਲੀਕ ਹੁੰਦੀ ਹੈ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਜਾਂਦਾ ਅਤੇ ਇੰਡੀਅਨ ਆਇਲ ਦੇ ਕਰਮਚਾਰੀਆਂ ਦੇ ਵੱਲੋਂ ਜੋ ਲੀਕ ਹੋਈ ਐਥਨੋਲ ਸੀ ਉਸ ਨੂੰ ਫੋਮ ਦੇ ਨਾਲ ਕਵਰ ਕੀਤਾ ਗਿਆ। ਹਾਲਾਂਕਿ ਜਾਣਕਾਰੀ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਐਥਨੋਲ ਹੈ ਇੱਕ ਜਵਲਨਸ਼ੀਲ ਪਦਾਰਥ ਹੈ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ, ਪਰ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪੁਲਿਸ ਪ੍ਰਸ਼ਾਸਨ ਅਤੇ ਇੰਡੀਅਨ ਆਇਲ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਹਾਲਾਤ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜੋ ਨੇ ਹਾਲੇ ਵੀ ਕੀਤੀਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਬਰਨਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ, ਫਿਲਹਾਲ ਆਵਾਜਾਈ ਜੋ ਹੈ ਉਸਦਾ ਰੂਟ ਜੋ ਹੈ ਡਾਇਵਰਟ ਕਰ ਦਿੱਤਾ ਗਿਆ। ਬਰਨਾਲਾ ਤੋਂ ਕੇਰਲਾ ਐਥਨੋਲ ਦੇ ਨਾਲ ਭਰਿਆ ਹੋਇਆ ਟੈਂਕਰ ਜਾ ਰਿਹਾ ਸੀ, ਪਰ ਜਿਵੇਂ ਇਹ ਨੈਸ਼ਨਲ ਹਾਈਵੇ ਤੇ ਪਹੁੰਚਿਆ ਤਾਂ ਬੇਕਾਬੂ ਹੋ ਕੇ ਪਲਟੀ ਹੋ ਗਿਆ। ਮੈਂ ਇੰਡੀਅਨ ਆਇਲ ਦੇ ਵਿੱਚ ਸਿਕਿਉਰਟੀ ਅਫਸਰ ਹਾਂ ਜੀ। ਇਹ ਗੱਡੀ ਐਥਨੋਲ ਦੀ ਆ ਰਹੀ ਸੀ ਇੱਕ ਬਰਨਾਲਾ ਤੋਂ ਭਰ ਕੇ ਕੋਈ ਕੇਰਲਾ ਸਾਈਡ ਜਾ ਰਹੀ ਸੀਗੀ ਕਿ ਸਾਨੂੰ ਜਿੱਦਾਂ ਹੀ ਇਨਫੋਰਮੇਸ਼ਨ ਮਿਲੀ ਕਿ ਗੱਡੀ ਪਲਟੀ ਪਈ ਹੈ ਤਾਂ ਅਸੀਂ ਫਸਟ ਐਕਸ਼ਨ ਲੈਂਦੇ ਹੋਏ ਆਪਣੇ ਐਥਨੋਲ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਅਤੇ ਔਰ ਫੋਮ ਦੀ ਲੇਅਰ ਮਤਲਬ ਜਿੱਦਾਂ ਲੀਕ ਹੋ ਰਿਹਾ ਸੀ ਜਿਹੜਾ ਐਥਨੋਲ ਫੋਮ ਨਾਲ ਕਵਰ ਕਰਕੇ ਤਾਂ ਕਿ ਅਚਾਨਕ ਇੱਥੇ ਕੋਈ ਅੱਗ ਲੱਗ ਕੇ ਕੋਈ ਹਾਦਸਾ ਨਾ ਵਾਪਰ ਜਾਵੇ ਉਹਦੇ ਇਮੀਡੀਏਟ ਐਕਸ਼ਨ ਕਰਕੇ ਅਸੀਂ ਜਿਹੜਾ ਇਹ ਐਕਸ਼ਨ ਕਰ ਰਹੇ ਹਾਂਗੇ ਬਚਾਓ ਕਾਰਜਾਂ 'ਚ ਪੂਰੇ ਲੱਗੇ ਹੋਇਆਂਗੇ ਅਤੇ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਮਤਲਬ ਇਹਦੀ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਮਤਲਬ ਗੱਡੀ ਦਾ ਨੁਕਸਾਨ ਨਾ ਹੋਵੇ ਜਾਂ ਪਬਲਿਕ ਦਾ ਨੁਕਸਾਨ ਨਾ ਹੋਵੇ। ਜਿਵੇਂ ਪਾਣੀ ਦੀਆਂ ਗੱਡੀਆਂ ਲਗਾਤਾਰ ਭਰੀਆਂ, ਕਿੰਨੀ ਕਈ ਵੀ ਗੱਡੀ ਨਾਲ ਜਿਹੜੀ ਹੁਣ ਫਾਇਰ ਬ੍ਰਿਗੇਡ ਗੱਡੀਆਂ ਲੱਗੀਆਂ, ਕਿੰਨੀਆਂ ਗੱਡੀਆਂ ਲਾਈਆਂ ਹੋਈਆਂ? ਇਹ ਤਕਰੀਬਨ 4 ਗੱਡੀਆਂ ਲੱਗੀਆਂ ਹੋਈਆਂ ਨੇ, ਵਾਰ ਵਾਰ ਭਰ ਕੇ ਆ ਰਹੇ ਨੇ ਤਾਂ ਕਿ ਇਹਦੇ ਨਾਲ ਫੋਮ ਬਹੁਤ ਜ਼ਿਆਦਾ ਮਤਲਬ ਸਾਨੂੰ ਜ਼ਰੂਰਤ ਪੈ ਰਹੀ ਹੈ ਤਾਂ ਲੇਅਰ ਬਣਾਉਣ ਦੀ, ਜਿਹੜਾ ਐਥਨੋਲ ਪਾਣੀ 'ਚ ਮਿਕਸ ਹੋ ਗਿਆ ਤਾਂ ਕਿ ਦੂਰ ਤੱਕ ਅੱਗ ਨਾ ਫੈਲ ਜਾਵੇ ਜੀ। ਕਿੰਨੇ ਖਤਰਨਾਕ ਜੀ ਗੈਸ ਇਹ? ਖਤਰਨਾਕ ਪੈਟਰੋਲ ਜਾਂ ਇੱਕ ਪੈਟਰੋਲ ਦਾ ਮਿਕਸ ਮਟੀਰੀਅਲ ਆ ਇਹ। ਇਹ ਜੀ ਹੁਣ ਤੋਂ ਤਕਰੀਬਨ 9:30 ਵਜੇ ਇਹ ਜਿਹੜੀ ਹੈ ਪਲਟੀ ਹੈ ਗੱਡੀ, ਅਤੇ ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਤਾਂ ਮਤਲਬ ਅਸੀਂ ਇੱਥੇ ਪਹੁੰਚੇ ਹਾਂ, ਟ੍ਰੈਫਿਕ ਨੂੰ ਡਾਇਵਰਟ ਕੀਤਾ ਅਤੇ ਬਾਕੀ ਇਹਦਾ ਜੋ ਵੀ ਹੱਲ ਹੋ ਸਕਦਾ ਇਹਨੂੰ ਸਿੱਧਾ ਕਰਨ ਵਾਸਤੇ ਜਿਹੜੇ ਆ ਹਾਈਡਰਾਸ ਵਗੈਰਾ ਮੰਗਾਏ ਨੇ ਪ੍ਰਾਈਵੇਟ ਤੌਰ 'ਤੇ। ਇਹ ਐਥਨੋਲ ਦਾ ਭਰਾ ਹੋਇਆ ਟਰੱਕ ਦੱਸਿਆ ਜਾ ਰਿਹਾ ਅਤੇ ਬਾਕੀ ਇਹਨੂੰ ਸਿੱਧਾ ਕਰਾਉਣ 'ਤੇ ਉਹ ਤੋਂ ਬਾਅਦ ਕਿੰਨੀ ਖਤਰਨਾਕ ਗੈਸ? ਨਹੀਂ ਇਹ ਤਾਂ ਟੈਕਨੀਕਲ ਬੰਦਾ ਹੀ ਦੱਸ ਸਕਦਾ ਜੀ ਕਿੰਨੀ ਖਤਰਨਾਕ ਗੈਸ ਹੈ। ਐਥਨੋਲ ਮਤਲਬ ਫਲੇਮੇਬਲ ਹੁੰਦਾ, ਅੱਗ ਫੜ ਲੈਂਦਾ ਹੁੰਦਾ ਅਤੇ ਬਲਾਸਟ ਵੀ ਕਰ ਜਾਂਦਾ ਹੁੰਦਾ ਜਿੰਨਾ ਕਿ ਸਾਨੂੰ ਪਤਾ ਲੱਗਿਆ।